ਤੇ ਵਕਫੇ ਤੋਂ ਬਾਅਦ ਸਵਾਗਤ ਹੈ ਜੀ। ਗੱਲ ਕਰ ਰਹੇ ਹਾਂ ਅੱਜ ਅਸੀਂ ਪੰਜਾਬ ਰੈਫਰੈਂਡਮ 2020 ਦੀ। ਗੁਰਪੰਤ ਸਿੰਘ ਪਰਮਵੰਤ ਸਿੰਘ ਪੰਨੂ ਜਿਹੜੇ ਸਿੱਖ ਫੋਰ ਜਸਟਿਸ ਔਰ ਉਹਨਾਂ ਵੱਲੋਂ ਇਹ ਜਿਹੜੀ ਹਿਮਾਇਤ ਕੀਤੀ ਜਾ ਰਹੀ ਹੈ ਪੰਜਾਬ ਰੈਫਰੈਂਡਮ 2020 ਦੀ, ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਅਸੀਂ ਫੋਨ 'ਤੇ ਲੈਣ ਦੀ, ਲੇਕਿਨ ਇਸ ਮੁਤਲਕ ਉਹਨਾਂ ਨਾਲ ਵਿਚਾਰ ਨਹੀਂ ਹੋ ਪਾ ਰਿਹਾ। ਲੇਕਿਨ ਮੇਰੇ ਨਾਲ ਇਸ ਟਾਈਮ ਫੋਨ ਲਾਈਨ 'ਤੇ ਮੌਜੂਦ ਨੇ ਜੀ ਖੁਦ ਆਪ ਦਲ ਖਾਲਸਾ ਦੇ ਨੁਮਾਇੰਦੇ ਨੇ ਜੀ। ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਜਸਵੰਤ ਸਿੰਘ ਠੇਕੇਦਾਰ ਜੋ ਕਿ ਮੇਰੇ ਨਾਲ ਇਸ ਟਾਈਮ ਫੋਨ ਲਾਈਨ 'ਤੇ ਜੁੜ ਚੁੱਕੇ ਨੇ, ਉਹਨਾਂ ਦੇ ਵਿਚਾਰ ਇਸ ਮੁਤਲਕ ਜਾਣ ਲਈਏ ਕਿ UK ਦੇ ਵਿੱਚ ਕਿਸ ਤਰੀਕੇ ਦੀ ਗੱਲ ਹੋ ਰਹੀ ਹੈ ਪੰਜਾਬ ਰੈਫਰੈਂਡਮ 2020 ਨੂੰ ਲੈ ਕੇ। ਤੁਹਾਡਾ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਜਸਵੰਤ ਸਿੰਘ ਜੀ? ਹਾਂਜੀ, ਕਾਹਦੇ ਬਾਰੇ ਜੀ, ਦੱਸੋ ਜੀ, ਕਿਸ ਕੁਐਸਚਨ ਕੀ ਹੈ? ਪੰਜਾਬ ਰੈਫਰੈਂਡਮ 2020 12 ਅਗਸਤ ਨੂੰ ਤੁਹਾਡੇ ਸ਼ਹਿਰ ਦੇ ਵਿੱਚ ਹੋ ਰਿਹਾ, ਇਹ ਇੱਕ ਫਰਾਡ ਹੈ ਜੀ। ਜੀ, ਔਰ ਇਹਦੀ ਕੋਈ ਵੈਲਿਊ ਨਹੀਂ ਆ, ਇਹ ਲੋਕਾਂ ਨਾਲ ਧੋਖਾ ਵਾ। ਤੁਹਾਨੂੰ ਕਿਉਂ ਲੱਗਦਾ ਕਿ ਜੀ ਇਹ ਫਰਾਡ ਹੈ? ਇਹਦੇ ਚ ਤੁਸੀਂ ਦੱਸੋ ਵੀ ਜਿਹੜਾ ਰੈਫਰੈਂਡਮ ਪੰਜਾਬ ਚ ਹੋਣਾ ਵਾ, ਔਰ ਉਹ ਤਾਂ ਹੋ ਸਕਦਾ ਜੇ ਹਿੰਦੁਸਤਾਨ ਦੀ ਗੌਰਮੈਂਟ ਉਹ ਕਰਵਾਏ ਜੀ, ਔਰ ਇੱਥੇ ਹੋ ਹੀ ਨਹੀਂ ਸਕਦਾ, ਇਹਦੀ ਕੋਈ ਵੈਲਿਊ ਹੀ ਨਹੀਂ। ਇਹ ਕਰਾਉਣਾ ਕਿੰਨਾ, ਕਿੱਥੇ ਹੋਣਾ, ਕਿਹਦੀ ਵੋਟਿੰਗ ਹੈ? ਕਿ ਉਹਨੂੰ ਬ੍ਰਿਟਿਸ਼ ਵੋਟਾਂ ਪਾਉਣਗੇ ਕਿ ਕੈਨੇਡੀਅਨ ਤੇ ਅਮਰੀਕਨ ਵੋਟਾਂ ਪਾਉਣਗੇ ਪੰਜਾਬ ਦੇ ਆਜ਼ਾਦੀ ਲਈ ਜੀ? ਇਸ ਕਰਕੇ ਇਹ ਫਰਾਡ ਆ, ਲੋਕਾਂ ਦਾ ਧੋਖਾ ਕੀਤਾ ਜਾ ਰਿਹਾ। ਇਹ ਜਿਹੜੀ ਏਜੰਸੀ ਕੋਲ ਪੈਸੇ ਲੈ ਰਿਹਾ, ਉਹ ਕੋਲ ਪੈਸੇ ਲੈਣ ਦਾ ਇੱਕ ਬਹਾਨਾ ਵਾ ਜੀ। ਹਾਂਜੀ ਜਸਵੰਤ ਸਿੰਘ ਜੀ, ਇੱਕ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਜਿਹੜਾ ਪੰਜਾਬ ਰੈਫਰੈਂਡਮ ਦੀ ਗੱਲ 12 ਅਗਸਤ ਨੂੰ ਜਿਹੜੀ ਇਕੱਠ ਵੀ ਹੋ ਰਿਹਾ, ਅਤੇ ਜਿਹੜੇ UK ਦੇ ਵਿੱਚ ਵੱਸਦੇ ਲੋਕ ਨੇ, ਮੈਂ ਜ਼ਮੀਨੀ ਪੱਧਰ ਤੋਂ ਤੁਹਾਡੇ ਤੋਂ ਜਾਣਨਾ ਚਾਹਾਂਗਾ, ਉਹ ਕਿਸ ਤਰੀਕੇ ਦੀ ਗੱਲ ਕਰ ਰਹੇ ਨੇ? ਉਹ ਹਿਮਾਇਤ ਕਰ ਰਹੇ ਨੇ ਜਾਂ ਫਿਰ ਉਹ ਵੀ ਸੋਚ ਰਹੇ ਨੇ ਕਿ ਇਹ ਕੀ ਹੈ ਪੰਜਾਬ ਰੈਫਰੈਂਡਮ 2020, ਉਹਨਾਂ ਨੂੰ ਵੀ ਸਮਝ ਨਹੀਂ ਆ ਰਿਹਾ? ਅਤੇ ਮੈਂ ਜਾਣਨਾ ਚਾਹਾਂਗਾ ਕਿ ਉੱਥੇ ਇਸ ਟਾਈਮ ਮਾਹੌਲ ਬਣਿਆ ਹੋਇਆ। ਕੋਈ ਇਹਦੀ ਹਿਮਾਇਤ ਨਹੀਂ ਗੀ ਜੀ। ਜੀ, ਇਹ ਕੁਝ ਲੋਕ, ਕਿਉਂਕਿ ਬਹੁਤ ਦੇਰ ਤੋਂ ਇਹ ਪ੍ਰਚਾਰ ਕਰਦਾ ਰਿਹਾ, ਕੁਝ ਲੋਕਾਂ ਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ, ਤੇ ਉਹ ਇਹਦੇ ਭਾਵਕ ਹੋ ਕੇ ਇਹਦੇ ਨਾਲ ਮੇਲਾ ਦੇਖਣ ਆ ਜਾਣਗੇ। ਕੋਈ ਇਹਦੇ ਨਾਲ ਨਹੀਂ ਹੈਗਾ, ਇੱਥੋਂ ਤੱਕ ਕਿ UK ਦੀ ਇੱਕ ਸਿੱਖ ਜਥੇਬੰਦੀ ਇਹਦੇ ਨਾਲ ਨਹੀਂ ਹੈਗੀ। ਤੇ ਲੇਕਿਨ ਜਿਹੜੀਆਂ ਉੱਥੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਵਾਇਰਲ ਹੁੰਦੀਆਂ, ਇਕੱਠ ਵੇਖਣ ਨੂੰ ਮਿਲਦਾ, ਔਰ ਇਹ ਵੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਆ ਰਿਹਾ ਕਿ ਵੱਖ ਵੱਖ ਜਿਹੜੀ ਐਸੋਸੀਏਸ਼ਨ ਹਨ, ਔਰਗਨਾਈਜੇਸ਼ਨ ਹਨ, ਉਹ ਪਹੁੰਚ ਚੁੱਕੀਆਂ ਹਨ ਲੰਡਨ ਦੇ ਵਿੱਚ। ਕਿਹੜੀ ਆਰਗਨਾਈਜੇਸ਼ਨ ਪਹੁੰਚੀ ਹੈ? ਇੱਕ ਦਾ ਨਾਂ ਲਓ ਜੀ। ਜਿਹੜੀ ਔਰਗਨਾਈਜੇਸ਼ਨ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਵੱਲੋਂ ਲਿਖੀ ਜਾ ਰਹੀਆਂ ਹਨ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਔਨ ਏਅਰ ਕਿਸੇ ਦਾ ਵੀ, ਲੇਕਿਨ ਕੋਈ ਆਰਗਨਾਈਜੇਸ਼ਨ ਇਹਨਾਂ ਦੇ ਨਾਲ ਨਹੀਂ ਹੈਗੀ ਜੀ। ਲੋਕੀ ਕੋਈ ਵੀ ਇਕੱਠ ਜਿਹੜਾ ਵਾ ਐਤਵਾਰ ਲੰਡਨ ਵਿੱਚ ਹੋਵੇ, ਮੇਲਾ ਦੇਖਣ ਲਈ 500-700 ਬੰਦਾ ਪਹੁੰਚ ਜਾਂਦਾ ਵਾ, ਇਹ ਹਮੇਸ਼ਾ ਹੀ ਹੁੰਦਾ ਵਾ। ਉੱਥੇ ਲੰਗਰ ਮਿਲ ਜਾਂਦਾ, ਲੋਕੀ ਚਲੇ ਜਾਂਦੇ ਨੇ, ਫ੍ਰੀ ਟਿਕਟਾਂ ਇੱਥੇ ਹੁੰਦੀਆਂ ਨੇ, ਜਿਹੜੇ ਬਜ਼ੁਰਗ ਹੁੰਦੇ ਆ ਖਾਸ ਕਰਕੇ ਉਹਨਾਂ ਦੀ ਕੋਈ ਟਿਕਟ ਨਹੀਂ ਲੱਗਦੀ ਜੀ। ਤੇ ਇਹਦੇ ਇਕੱਠ ਵਿੱਚ 1000 ਬੰਦੇ ਤੋਂ ਵੱਧ ਜਾਣਾ ਨਹੀਂ, ਉਹ ਵੀ ਤਾਂ ਜਾਣਾ ਜਿਹਨਾਂ ਬੰਦਿਆਂ ਨੂੰ ਪਤਾ ਲੱਗ ਸਕੇ ਅੱਜ ਤੱਕ ਫਰਾਡ ਹੈ। ਹੋਰ ਕੋਈ ਗੱਲ ਨੀ ਇਹਦਾ, ਇਹਦੇ ਨਾਲ ਨਾ ਜਨਤਾ ਵਾ, ਨਾ ਕੋਈ ਸਿੱਖ ਜਥੇਬੰਦੀ ਆ, ਨਾ ਕੋਈ ਪੁਰਾਣਾ ਖਾਲਿਸਤਾਨੀ ਆ, ਔਰ ਕੋਈ ਇਹਦੇ ਨਾਲ ਨੀ ਹੈਗਾ। ਕਿਉਂ ਨੀ ਹੈਗਾ, ਕੀ ਕਾਰਨ ਲੱਗਦਾ ਕਿ ਕਿਉਂ ਹਿਮਾਇਤ ਨਹੀਂ ਹੋ ਰਹੀ? ਤੁਸੀਂ ਕਿਹਾ ਕਿ ਫਰਾਡ ਹੈ, ਤੁਸੀਂ ਕਿਸ ਤਰਕਾਂ ਦੇ ਨਾਲ ਬੋਲ ਰਹੇ ਹੋ ਕਿ ਇਹ ਗੱਲ ਜਿਹੜੀ ਹੈ ਫਰਾਡ ਹੈ? ਨੰਬਰ 1, ਅੱਜ ਤੱਕ ਜਿੰਨੀਆਂ ਸਿੱਖ ਮੂਵਮੈਂਟ ਸ਼ੁਰੂ ਹੁੰਦੀਆਂ ਜੀ, ਉਹ ਅਕਾਲ ਤਖ਼ਤ ਨੂੰ ਮੱਥਾ ਟੇਕ ਕੇ ਅਰਦਾਸ ਕਰਕੇ ਹੁੰਦੀਆਂ ਨੇ ਜੀ, ਔਰ ਉਹਦਾ ਲੀਡਰਸ਼ਿਪ ਸਿੱਖ ਹੁੰਦੀ ਆ ਜੀ। ਇਹ ਗੁੱਤ ਕਰਕੇ ਆ ਜਾਂਦਾ, ਇਹ ਨਾ ਸਿੱਖ ਆ ਨਾ ਹਿੰਦੂ ਆ, ਇਹ ਪਤਾ ਨੀ ਕੌਣ ਇਹਦਾ ਧਰਮ ਕੀ ਆ ਜੀ। ਇਹ ਸਿੱਖਾਂ ਦੀ ਮੂਵਮੈਂਟ ਨੂੰ ਇਹ ਲੀਡ ਕਰਨ ਵਾਲਾ ਕੌਣ ਆ ਜੀ? ਇਹਦੀ ਸ਼ਕਲ ਦੇਖੋ, ਇਹ ਸਿੱਖ ਹੈਗਾ ਜੀ? ਕਿਹੜਾ ਮੰਨੂਗਾ ਵੀ ਇਹ ਸਿੱਖ ਆ ਜੀ? ਇਸ ਕਰਕੇ ਇਹਦੇ ਨਾਲ ਕੋਈ ਬੰਦਾ ਨੀ ਹੈਗਾ ਜੀ। ਬਹੁਤ ਬਹੁਤ ਧੰਨਵਾਦ ਜਸਵੰਤ ਸਿੰਘ ਜੀ ਆਪਣੇ ਵਿਚਾਰ ਨਾਲ ਸਾਂਝੇ ਕਰਨ ਦੇ ਲਈ। ਸੋ ਇਹ ਸੀਗੇ ਜਸਵੰਤ ਸਿੰਘ ਠੇਕੇਦਾਰ, ਦਲ ਖਾਲਸਾ ਦੇ ਚੇਅਰਪਰਸਨ ਹਨ UK ਤੋਂ, ਜਿਨ੍ਹਾਂ ਨੇ ਇਸ ਗੱਲ ਨੂੰ ਤੁਹਾਡੇ ਸਾਹਮਣੇ ਰੱਖਿਆ ਹੈਗਾ ਜੀ। ਕੋਸ਼ਿਸ਼ ਕਰ ਰਹੇ ਹਾਂ ਅਸੀਂ ਕਿ ਹੁਣ ਉਹਨਾਂ ਦੇ ਨੁਮਾਇੰਦੇ ਵੱਲੋਂ ਵੀ ਕਿਸੇ ਨੂੰ ਸਾਹਮਣੇ ਲੈ ਕੇ ਆਈਏ, ਅਤੇ ਗੁਰਪਦਵੰਤ ਸਿੰਘ ਪੰਨੂ ਜੋ ਕਿ ਨੁਮਾਇੰਦਗੀ ਕਰ ਰਹੇ ਹਨ ਇਸ ਪੰਜਾਬ ਰੈਫਰੈਂਡਮ 2020 ਦੀ, ਉਹਨਾਂ ਨੂੰ ਟੀਮ ਕੋਸ਼ਿਸ਼ ਕਰ ਰਹੀ ਹੈ ਫੋਨ ਲਾਉਣ ਦੀ, ਉਹਨਾਂ ਨੂੰ ਫੋਨ ਦੇ ਉੱਤੇ ਲਿਆਉਣ ਦੀ।
ਲੇਕਿਨ ਫੋਨ ਦੇ ਉੱਤੇ ਜਵਾਬ ਉਹਨਾਂ ਦਾ ਨਹੀਂ ਆ ਰਿਹਾ, ਲੇਕਿਨ ਕਾਫੀ ਸਾਰੀ ਕਾਲਸ ਮੈਨੂੰ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ, ਤਾਂ ਇੱਕ ਇੱਕ ਕਰਕੇ ਕਾਲਸ ਲੈਣੀਆਂ ਸ਼ੁਰੂ ਕਰਦੇ ਹਨ, ਔਰ ਤੁਸੀਂ ਵੀ ਮੈਨੂੰ ਲਾਈਵ ਕਾਲ ਆਪਣੀ ਪ੍ਰਤੀਕਿਰਿਆ ਜਿਹੜੀ ਹੈ ਮੇਰੇ ਨਾਲ ਸਾਂਝੀ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਚਾਹਾਂਗਾ ਕਿ ਆਪਣੇ ਟੀਵੀ ਸੈੱਟ ਦੀ ਵੋਲਿਊਮਸ ਨੂੰ ਤੁਸੀਂ ਘੱਟ ਕਰ ਦਿਓ ਔਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਹੈਲੋ, ਹਰਕਿਰਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਸਿੰਘ ਭੋਗਲ ਜੀ, ਠੀਕ ਹੋ ਜੀ? ਚੜ੍ਹਦੀ ਕਲਾ ਦੁਆਵਾਂ ਨੇ ਤੁਹਾਡੇ, ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ ਜੀ। ਜੀ ਤੇ ਹਰਕਿਰਨ ਸਿੰਘ, ਮੈਂ ਤੇ ਇਹ ਕਹਾਂਗਾ ਵੀ ਮੈਂ ਤੇ ਸਿਰਫ ਇਹ ਪਹਿਲਾਂ ਕਲੀਅਰ ਕਰਨਾ ਚਾਹੁੰਦਾ ਵੀ ਮੈਂ ਵੀ ਬਾਕੀ ਬਹੁਤ ਸਾਰੇ ਲੋਕਾਂ ਵਾਂਗ, ਮੈਂ ਮੇਰੀ ਕੋਈ ਪੋਲੀਟੀਕਲ ਪਾਰਟੀ ਨਹੀਂ ਹੈ। ਅਸੀਂ ਤੇ ਅਖਬਾਰਾਂ ਪੜ੍ਹ ਕੇ, ਜਿਹੜੀਆਂ ਖਬਰਾਂ ਪੜ੍ਹਦੇ ਹਾਂ ਜਾਂ ਤੁਹਾਡੇ ਪ੍ਰੋਗਰਾਮ ਦੇਖ ਕੇ, ਉਹਨਾਂ ਖਬਰਾਂ ਦੇ ਆਧਾਰ ਤੇ ਗੱਲ ਕਰਦੇ ਹਾਂ। ਇਹ ਮੈਂ ਕਲੀਅਰ ਕਰਨੀ ਚਾਹੁੰਦਾ ਗੱਲ ਜੀ। ਜੀ, ਮੈਂ ਕਿਸੇ ਪਾਰਟੀ ਨਾਲ ਨਹੀਂ ਜੁੜਿਆ, ਮੇਰੀ ਇੱਕੋ ਪਾਰਟੀ ਆ, ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ, ਗੁਰੂ ਪੰਥ ਨੰਬਰ ਇੱਕ ਜੀ। ਤੇ ਨੰਬਰ ਦੋ, ਮੈਂ ਤੇ ਜਿਵੇਂ ਮੈਂ ਦੱਸਿਆ ਵੀ ਮੈਂ ਜੇ ਅਖਬਾਰਾਂ 'ਚ ਖਬਰਾਂ ਪੜ੍ਹਦਾ ਜਾਂ ਤੁਹਾਨੂੰ ਸੁਣਦਾ ਆ, ਮੈਂ ਵੀ ਇਸ ਤਰ੍ਹਾਂ ਕਨਫਿਊਜ਼ ਹਾਂ ਜਿੱਦਾਂ ਬਾਕੀ ਦੇ ਲੋਕ ਹੋਣਗੇ ਵੀ ਜੇਕਰ ਜੇ ਇੰਟਰਨੈਸ਼ਨਲ ਲਾਅ ਇਹਨਾਂ ਨੂੰ ਖੁੱਲ ਦਿੰਦਾ ਜੋ 6-12 ਤਰੀਕ ਨੂੰ ਕਰ ਰਹੇ ਨੇ, ਤੇ ਫਿਰ ਭਾਰਤ ਸਰਕਾਰ ਨੂੰ ਇਤਰਾਜ਼ ਕੀ ਹੈ ਤੇ ਕਿਉਂ ਹੈ? ਮੇਰੇ ਦਿਲ ਚ ਇਹ ਆਉਂਦੀ ਹੈ ਕਿ ਕੀ ਇਤਰਾਜ਼ ਵਾ ਜੇ ਇਹ ਕਹਿੰਦੇ ਨੇ ਵੀ ਇਹ ਸ਼ੋਸ਼ਾ ਹੈ ਜਾਂ ਡਰਾਮਾ ਹੈ। ਇਹ ਮੈਂ ਆਪਣਾ ਪੱਖ ਰੱਖ ਰਿਹਾ, ਜੇ ਇਹ ਕਹਿੰਦੇ ਨੇ, ਸਰਕਾਰ ਕਹਿੰਦੀ ਹੈ ਜਾਂ ਹੋਰ ਜਥੇਬੰਦੀਆਂ ਕਹਿੰਦੇ ਨੇ ਵੀ ਇਹ ਸ਼ੋਸ਼ਾ ਕਰ ਰਹੇ ਨੇ, ਡਰਾਮਾ ਕਰ ਰਹੇ ਨੇ, ਫਰੋਡ ਕਰ ਰਹੇ ਨੇ, ਫਿਰ ਤੇ ਮੈਂ ਇਹ ਕਹਿਣਾ ਚਾਹੁੰਦਾ ਕਾਮਨ ਸੈਂਸ ਵਾ, ਫਿਰ ਹੋਣ ਦਿਓ, ਫਿਰ ਇਹ ਹੋਣ ਦਿਓ। ਜਦੋਂ ਇਹ ਫੇਲ ਹੋ ਜਾਣਗੇ ਚੰਗੀ ਤਰ੍ਹਾਂ, ਲੋਕਾਂ ਦੇ ਸਾਹਮਣੇ ਨੰਗੇ ਹੋ ਜਾਣਗੇ, ਫਿਰ ਇਤਰਾਜ਼ ਕਿਉਂ ਕਰਦੇ ਨੇ? ਜੀ ਜੀ, ਬਿਲਕੁਲ ਠੀਕ ਹੈ ਜੀ, ਤੁਹਾਡੀ ਜਿਹੜੀ ਪ੍ਰਤੀਕਿਰਿਆ ਹੈਗੀ ਹੈ, ਦੇਖੋ ਨਾ, ਤੁਸੀਂ ਸੋਚ ਕੇ ਦੇਖੋ ਵੀ ਜੇ ਸਾਨੂੰ ਪਤਾ ਆ ਵੀ ਇਹ ਫਰੋਡ ਆ, ਇਹ ਸ਼ੋਸ਼ਾ ਆ, ਇਹ ਡਰਾਮਾ ਆ, ਫਿਰ ਤਾਂ ਸਗੋਂ ਫਿਰ ਤੁਸੀਂ ਚੁੱਪ ਕਰ ਜਾਈਏ, ਸਗੋਂ ਹੋਣ ਲਈਏ ਕਿ ਜਦੋਂ ਸਾਰਾ ਕੁਝ ਫੇਲ ਹੋ ਗਿਆ ਫਿਰ ਤੇ ਚੰਗੀ ਤਰ੍ਹਾਂ ਨੰਗੇ ਹੋ ਜਾਣਗੇ ਕਹਿਣ ਦੀ ਲੋੜ ਨਹੀਂ। ਸਗੋਂ ਜਦੋਂ ਭਾਰਤ ਇਤਰਾਜ਼ ਜਾਂ ਬਾਕੀ ਜਥੇਬੰਦੀਆਂ ਇਤਰਾਜ਼ ਕਰਦੀ ਆ, ਲੋਕਾਂ ਨੂੰ ਸ਼ੱਕ ਪੈਂਦੀ ਆ ਵੀ ਇਹ ਲੋਕ ਆਪ ਕੁਝ ਕਰਨਾ ਨਹੀਂ ਚਾਹੁੰਦੇ ਪੰਜਾਬ ਲਈ ਤੇ ਕਿਸੇ ਨੂੰ ਕਰਨ ਨਹੀਂ ਦਿੰਦੇ, ਇਹ ਮੇਰੀ 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 ਸੋਚ ਵਾ, ਠੀਕ ਆ ਨਾ ਜੀ? ਅੱਛਾ, ਦੂਜੀ ਗੱਲ ਹੈ, ਜਿਹੜੇ ਆਪਣੇ ਆਰ ਪੀ ਸਿੰਘ ਕਹਿੰਦੇ ਹੁਣ ਬੋਲ ਕੇ ਗਏ ਨੇ ਬੜੇ ਆਪਣੇ ਬੀਜੇਪੀ ਦੇ ਪਾਰਟੀ ਦੇ ਨੇ, ਤੇ ਜੇ ਉਹ ਚੰਗਾ ਕੰਮ ਕਰਦੇ ਨੇ ਸ਼ਾਬਾਸ਼, ਮੈਂ ਤਾਂ ਕਹਿੰਦਾ ਸਾਰੇ ਚੰਗਾ ਕੰਮ ਕਰਦੇ ਨੇ, ਉਹਨਾਂ ਨੂੰ ਸ਼ਾਬਾਸ਼ ਦੇਣੀ ਚਾਹੀਦੀ। ਪਰ ਜਿਹੜੀ ਉਹਨਾਂ ਨੇ ਇਹ ਗੱਲ ਕਹੀ ਨਾ ਵੀ ਪੰਜਾਬ ਵਿੱਚ ਸ਼ਾਂਤੀ ਹੈ, ਹਰਕਿਰਨ ਸਿੰਘ ਜੀ ਤੁਸੀਂ ਦੱਸੋ ਵੀ ਸ਼ਾਂਤੀ ਕਿੱਥੇ ਆ? ਕਿਸਾਨੀ ਦੀ ਗੱਲ ਕੀ, ਕਿਸਾਨੀ ਦੀ ਗੱਲ ਹੈ ਪੰਜਾਬ, ਕਿਸਾਨੀ ਦਾ ਕੀ ਹਾਲ ਵਾ? ਖੁਦਕਸ਼ੀਆਂ, ਜਵਾਨੀ ਦਾ ਕੀ ਹਾਲ ਵਾ? ਨਸ਼ਿਆਂ ਚ ਗਰਕ ਹੋ ਗਈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਰੋਜ਼ ਰੋਜ਼ਗਾਰ ਦੇ ਮਸਲੇ, ਪੜ੍ਹਾਈ ਦੇ ਮਸਲੇ, ਹਰ ਪਾਸੇ ਹਰ ਵਰਗ ਦੇ ਨਾਲ ਧੱਕਾ, ਰੋਜ਼ ਪ੍ਰੋਟੈਸਟ, ਰੋਜ਼ ਮਾਰਚ, ਰੋਜ਼ ਧਰਨੇ ਹੋ ਰਹੇ ਨੇ। 1984 ਦੇ ਜੇ ਕਾਤਲਾਂ ਦੀ ਗੱਲ ਕਰਦੇ ਨੇ ਵੀ ਇਹ ਗੌਰਮੈਂਟ ਵੀ ਉਹਨਾਂ ਦੇ ਨਾਲ ਸੀ, ਤੇ ਗੌਰਮੈਂਟਾਂ ਤਾਂ ਸਾਰੀਆਂ ਉਹਨਾਂ ਦੇ ਨਾਲ ਨੇ, ਪੰਜਾਬ ਦੇ ਹੱਕ ਵਿੱਚ, ਪੰਜਾਬ ਦੇ ਹਿੱਤ ਲਈ ਤਾਂ ਕੋਈ ਵੀ ਨਹੀਂ ਬੋਲਦਾ। ਹੁਣ ਜਿਹੜੇ ਬਾਹਰੋਂ ਬੋਲਦੇ ਨੇ, ਜਿਹੜੇ ਗਦਰੀ ਬਾਬੇ ਸੀ ਉਹ ਵੀ ਤਾਂ ਬਾਹਰੋਂ ਆਜ਼ਾਦੀ ਲੈਣ ਗਏ ਸੀ ਭਾਰਤ ਵਾਸਤੇ, ਹੈ ਨਾ ਜੀ? ਅੱਛਾ, ਇਹ ਗੱਲ ਸੀਗੀ। ਤੇ ਬਾਕੀ ਦੇਖੋ ਫਿਰ ਜਿਹੜੀ ਸਰਕਾਰ ਸਿੱਖਾਂ ਨੂੰ, ਦੇਖੋ ਆਰ ਪੀ ਸਿੰਘ ਕਹਿੰਦੇ ਨੇ ਵੀ ਇਨਸਾਫ ਹੋ ਰਿਹਾ, 10-12 ਰਹਿ ਗਏ ਨੇ ਬਲੈਕ ਲਿਸਟ ਵਿੱਚ। ਮੈਂ ਤੁਹਾਨੂੰ ਫਿਰ ਰਿਪੀਟ ਕਰਨ ਲੱਗਾ, ਅਸੀਂ ਤਾਂ ਅਖਬਾਰਾਂ 'ਚ ਪੜ੍ਹਦੇ ਹਾਂ ਵੀ ਜਿਹੜੀ ਸਰਕਾਰ ਸ਼ਰੇਆਮ ਕਹਿ ਰਹੀ ਆ ਵੀ ਹਿੰਦੂ ਕੇਸਾ, ਸਿੱਖ ਕੇਸਾਧਾਰੀ ਹਿੰਦੂ ਨੇ, ਉਹ ਤੁਹਾਨੂੰ ਇਨਸਾਫ ਕਿੱਥੋਂ ਦੇਣਗੇ? ਮੈਨੂੰ ਇਹ ਕੋਈ ਜਵਾਬ ਦੇ ਦੇਵੇ। 34 ਸਾਲ ਦੇ ਬਾਅਦ ਸਾਹਮਣੇ ਫਿਰ ਰਹੇ ਨੇ, ਨਾ ਪਾਰਟੀ ਚੋਂ ਕੱਢੀ, ਨਾ ਅਰੈਸਟ ਹੋਈ ਕਿਸੇ ਦੀ, ਨਾ ਕਿਸੇ ਨੂੰ ਉਹਨਾਂ ਨੂੰ ਸਵਾਲ ਜਵਾਬ ਕੋਈ ਪੁੱਛਦਾ। ਜੀ 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 ਜੀ, ਬਿਲਕੁਲ ਭੋਗਲ ਜੀ, ਮੈਂ ਉਹੀ ਸਵਾਲ ਉਹਨਾਂ ਤੋਂ, ਕਿਉਂਕਿ ਮੈਂ ਬੇਨਤੀ ਕਰਦਾ, ਮੈਂ ਕਿਸੇ, ਮੇਰੀ ਕੋਈ ਪਾਰਟੀ ਨਹੀਂ, ਮੈਂ ਵੀ ਇਸ ਤਰ੍ਹਾਂ ਜਾਣਨਾ ਚਾਹੁੰਦਾ, ਮੈਂ ਆਪਣੀ ਨਿਊਜ਼ ਪੜ੍ਹ ਕੇ ਜਾਂ ਤੁਹਾਡੇ ਪ੍ਰੋਗਰਾਮ ਸੁਣ ਕੇ, ਉਹਦੇ ਆਧਾਰ ਤੇ ਮੈਂ ਹਮੇਸ਼ਾ ਬੋਲਦਾ, ਮੇਰੀ ਕੋਈ ਪਾਰਟੀ ਨਹੀਂ ਹੈ। ਠੀਕ ਹੈ ਭੋਗਲ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਜਿਹੜੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਕਾਲ ਚੱਲ, ਬਿਲਕੁਲ ਬਹੁਤ ਬਹੁਤ ਧੰਨਵਾਦ ਭੋਗਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਭਾਈ ਮੈਂ ਹੀ ਬੋਲ ਰਿਹਾ ਬਰਮਿੰਗਮ ਤੋਂ ਜੀ। ਕੀ ਕਹਿਣਾ ਚਾਹੁੰਦੇ ਜੀ, ਕੀ ਕਹਿਣਾ ਚਾਹੁੰਗੇ? ਵੀ ਕਹਿਣਾ ਚਾਹੁੰਦੇ ਜੋ ਨਾ ਆਪਣਾ ਪਹਿਲਾਂ ਆਪਣਾ ਸਿੰਘ ਸਾਹਿਬ ਆਇਆ ਜੀ, ਦਸਵੰਤ ਸਿੰਘ ਰੱਖੀ ਜੀ, ਹੈ ਜੀ, ਉਹ ਬੋਲ ਕੇ ਗਿਆ ਸੀ ਕਿ ਇੱਦਾਂ ਨਾ, ਉਹ ਕਹਿੰਦੇ ਤੂੰ ਕਿ ਸਿਰ ਤੇ ਨੀਲੀ ਪੱਗ ਬੱਧੀ ਆ ਅਕਾਲੀਆਂ ਵਾਸਤੇ, ਠੀਕ ਹੈ ਨਾ, ਕਿਉਂਕਿ ਉਹ
ਹਮੇਸ਼ਾ ਉਹ ਅਕਾਲੀਆਂ ਦੇ ਮੁੱਦੇ ਤੇ ਗੜ ਗੜ ਗਿਆ। ਹੁਣ ਇਹ ਨੀ, ਹੁਣ ਇਹ ਨੀ ਪਤਾ ਅਕਾਲੀਆਂ ਨੇ 10 ਸਾਲਾਂ ਚ ਕੀਤਾ ਅਕਾਲੀਆਂ ਨੇ ਜੀ ਜੀ ਠੀਕ ਨੀ। ਉਹਨੂੰ ਪਹਿਲਾਂ ਇਹ ਹੋ ਕਿ ਆਪਣੀ ਪਹਿਲਾਂ ਪੀੜੀ ਦਾ ਸੋਟਾ ਮਾਰ, ਹਨਾ ਕਿ ਤੁਹਾਡੇ ਕਾਲੇ ਕੀ ਕੀਤਾ ਵਾ, ਉਹ ਐਂ ਬੋਲ ਗਿਆ ਵਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ। ਹੋਰ ਵੀ ਕਾਲਰ ਸਾਡੇ ਨਾਲ ਜੁੜ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਜੀ, ਮੈਂ ਯੂਕੇ ਤੋਂ ਬੋਲ ਰਿਹਾ ਜੀ। ਕੀ ਕਹਿਣਾ ਚਾਹੋਗੇ? ਬੋਪਰ ਹੈ ਬੋਲਦਾ ਜੀ। ਹਾਂਜੀ, ਆਮ ਔਨ ਲਾਈਵ ਜੀ 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 ਜੀ, ਤੁਸੀਂ ਲਾਈਵ ਹੋ ਜੀ। ਓਕੇ ਵੀਰ ਜੀ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਆ ਪਹਿਲਾਂ ਇੱਕ ਬੰਦਾ ਬੋਲ ਕੇ ਗਿਆ ਜਸਵੰਤ ਸਿੰਘ ਕਿਰਦਾ ਜੀ ਜੀ। ਹਾਂਜੀ ਜੀ, ਇਹ ਬੰਦਾ ਸੰਤਾਂ ਦੇ ਟਾਈਮ ਤੇ ਇੱਕ ਸੰਤਾਂ ਦੇ ਨਾਲ ਵੱਡੀ ਗਦਾਰੀ ਕਰ ਗਿਆ, ਜਿਹੜੇ ਕਿ ਅੱਜ ਇਹ ਗੁਰਪ੍ਰਵਾਨ ਸਿੰਘ ਪੰਨੂ ਨੂੰ ਇਹ ਬਲੇਮ ਕਰ ਰਿਹਾ ਕਿ ਉਹ ਸਿੱਖ ਨੇਗਾ ਜੀ ਜੀ। ਇਹਨੇ ਸਿੱਖ ਹੋ ਕੇ ਅੱਜ ਤੱਕ ਕੋਈ ਕੌਮ ਦੇ ਲਈ ਕੋਈ ਚੰਗਾ ਕੰਮ ਕੀਤਾ ਇਹ ਦੱਸ ਕੇ ਜਾਵੇ ਦੁਬਾਰਾ ਫੋਨ ਤੇ ਆ ਕੇ, ਤੇ ਇਹਨੇ ਸਵਾਏ ਗੁਰਦੁਆਰਿਆਂ ਦੇ ਉੱਤੇ ਮੋਰਗੇਜਾਂ ਲੈ ਕੇ ਲੁੱਟਣ ਦਾ ਕੰਮ ਕੀਤਾ ਚੰਗੀ ਤਰ੍ਹਾਂ, ਇੱਥੇ ਸਾਰੇ ਤਲ ਤਲ ਦੇ ਵਿੱਚ ਜਾਣਦੇ ਇਹਨੂੰ ਚੰਗੀ ਤਰ੍ਹਾਂ ਇਹ ਬੰਦਾ ਕੌਣ ਹੈ ਜੀ। ਤੇ ਇਹਦੇ ਚਪੇੜੇ ਮੇਰਾ ਖਿਆਲ ਵੱਜੀਆਂ ਸੀ, ਕਿਤੇ ਹੋਰ ਵੀ ਇੱਥੇ ਕੰਮ ਹੋਇਆ ਲੱਗਦਾ ਸੀਗਾ, ਕਿਉਂਕਿ ਮੈਂ ਇਹਦਾ ਬਹੁਤ ਵੱਡਾ ਫੈਨ ਸੀਗਾ ਜੀ। ਤੇ ਜਿਸ ਸਮੇਂ ਦੀਆਂ ਕਰਤੂਤਾਂ ਲੰਘੀਆਂ ਨੇ ਤਾਂ ਅੱਜ ਜਿਹੜਾ ਸਾਫ਼ ਸਫ਼ਾਈ ਤੇ ਬੁਰਕੀ ਬੋਝ ਬਣ ਗਿਆ ਨਾ, ਮੇਰਾ ਖਿਆਲ ਵੀ ਏਜੰਸੀਆਂ ਦੇ ਅੰਡਰ ਆ ਕੇ ਇੰਡੀਆ ਦੇ ਜਿਹੜਾ ਗੁਰਪ੍ਰਵੰਤ ਸਿੰਘ ਪੰਨੂ ਦੇ ਬਾਰੇ ਬੋਲਦਾ, ਇਹ ਸਿੱਖੋ ਕਿ ਅੱਜ ਤੱਕ ਕੋਈ ਚੰਗਾ ਕੰਮ ਕੀਤਾ ਬੰਦੇ ਨੇ, ਇਹਦੇ ਬਾਰੇ ਕੋਈ ਹੋਰ ਵੀ ਇਹਦੀਆਂ ਕਿਤਾਬਾਂ ਮੇਰੇ ਖਿਆਲ ਛਪ ਸਕਦੀਆਂ ਜਿੰਨੀਆਂ ਕਿ ਇਹਨੇ ਵਧੀਆ ਕੰਮ ਕੀਤੇ ਆ, ਤੇ ਗੁਰਦੁਆਰੇ ਬਣਾ ਕੇ ਮੋਰਚਾ ਲੈ ਕੇ ਇਹ ਸੱਜਣਾਂ ਦੇ ਨਾਲ ਦੋਸਤਾਂ ਨਾਲ ਧੋਖਾ ਕਰਦਾ ਰਿਹਾ। ਆਪਾਂ ਨਿੱਜੀ ਇੱਕ ਦੂਜੇ ਦੇ ਉੱਤੇ ਪ੍ਰਤੀਰੋਪ ਨਾ ਲਗਾਈਏ, ਪੰਜਾਬ ਰੈਫਰੈਂਡਮ 2020 ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ? ਹਾਂਜੀ, ਮੈਂ ਹਾਂਜੀ ਮੈਂ ਕਹਿ ਰਿਹਾ ਜੀ, ਪੰਜਾਬ ਰੈਫਰੈਂਡਮ 2020 ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ? ਇੱਕ ਬਹੁਤ ਵਧੀਆ, ਮੈਂ ਤਾਂ ਕਹੂੰਗਾ ਕਿ ਰਿਜ਼ਲਟ ਆ ਸਾਡਾ ਇਹ 30-35 ਸਾਲ ਦਾ ਜੋ ਕਿ ਸਾਡੇ ਸਾਹਮਣੇ ਆ ਰਿਹਾ ਕਿ ਹੁਣ ਕੋਈ ਬੰਦਾ ਅੱਗੇ ਆ ਕੇ ਇਸ ਮੁੱਦੇ ਨੂੰ ਐਂਡ ਤੇ ਚੱਲਿਆ, ਜਿਹੜੀ ਕਿ ਸਾਡੀ ਡਿਮਾਂਡ ਸੀ ਖਾਲਿਸਤਾਨ ਦੀ ਉਸ ਨੂੰ ਪੂਰਾ ਕਰਨ ਜਾ ਰਹੇ ਹਾਂ ਅਸੀਂ। ਸਾਨੂੰ ਇਹ ਹੋਣਾ ਚਾਹੀਦਾ ਕਿ ਅਸੀਂ ਇੱਕ ਦੂਜੇ ਨੂੰ ਲੱਤਾਂ ਖਿੱਚੀਏ ਸਾਰਿਆਂ ਦੀਆਂ। ਗੁਰਪ੍ਰਵਾਨ ਸਿੰਘ ਇਹ ਮੋਨਾ ਸਿੱਖ ਆ, ਆਪਾਂ ਉਹਦੇ ਅੰਦਰਲਾ ਦਰਦ ਜੋ ਦਿਖਦਾ ਆ ਤੁਹਾਨੂੰ, ਉਹ ਕੌਮ ਦੇ ਬਦਲੇ ਕੌਮ ਦੇ ਲਈ ਚੰਗਾ ਕੰਮ ਨਹੀਂ ਕਰ ਰਿਹਾ, ਨਾਲ ਉਹਨਾਂ ਦੇ ਹੋਰ ਸਾਰੇ ਕੰਮ ਬਰਕਰ ਕੰਮ ਕਰ ਰਹੇ ਆ। ਭਾਵੇਂ ਉਹਦੇ ਹੁਣ ਸੁੱਖਾ ਜਿਹਾ ਕੌਣ ਸੀਗੇ, ਮੋਨੇ ਸੀ ਪਹਿਲਾਂ, ਜਿਹਨਾਂ ਨੇ ਏਡੀ ਵੱਡਾ ਕੰਮ ਕੌਮ ਦੇ ਸਿਰ ਤੇ ਪੱਗ ਰੱਖੀ ਉਹਨਾਂ ਨੇ, ਉਹ ਮੋਨੇ ਸੀਗੇ, ਉਦੋਂ ਬਾਅਦ ਸਿੱਖ ਸਕੇ। ਇਹ ਇਹ ਮਾਂ ਦਾ ਪੁੱਤ ਅੰਦਰੋਂ ਸਿੱਖ ਆਇਆ ਕਿਤੇ, ਬਹੁਤ ਵੱਡਾ ਸਿੱਖ ਹੈ, ਕਾਰਨਾਮਾ ਕੀ ਇਹਦਾ? ਅੱਜ ਤੱਕ ਇਹਨੇ ਕੰਮ ਲਈ ਕੀ ਕੌਮ ਦੇ ਕੀ ਕੀਤਾ? ਸੰਤ ਵੀ ਆ ਕੇ ਇਹਨੂੰ ਵਿਦਰੋਹੀ ਕੀਤੀ, ਸੰਤਾਂ ਦੇ ਗੇਸ ਪੂਜਾ ਇੰਗਲੈਂਡ ਦੇ ਵਿੱਚ ਆ ਗਏ, ਜੇਕਰ ਉੱਥੇ ਹੁੰਦਾ ਤਾਂ ਇਹਦਾ ਘੋਗਾ ਚਿੱਤ ਹੋ ਜਾਣਾ ਸੀਗਾ ਜੀ। ਹੈਂ, ਅੱਜ ਇਹ ਗੱਲਾਂ ਕਰਨ ਡਿਆ ਇਹ ਬੰਦਾ, ਸਾਨੂੰ ਸਪੋਰਟ ਕਰਨੀ ਚਾਹੀਦੀ ਸੀ ਇੱਕ ਪਲੇਟਫਾਰਮ ਤੇ, ਉਹਨਾਂ ਜਦੋਂ ਸਿੱਖ ਹੋ ਕੇ ਅਸੀਂ ਬੁਰਕੀ ਬੁਰਜ ਬਣ ਕੇ ਜਿੱਥੇ ਇੰਡੀਆ ਦੀਆਂ, ਤਾਂ ਅਸੀਂ ਅੱਜ ਅਸੀਂ ਅਗੇਂਸਟ ਦਾ ਬ੍ਰਦਰਸ ਆਪਣੇ ਭਰਾਵਾਂ ਅੱਗੇ ਅਗੇਂਸਟ ਬੋਲਦੇ ਹਾਂ ਅਸੀਂ। ਵਾਹ, ਸ਼ਾਬਾਸ਼ ਤੇਰੇ, ਬਲੇਮ ਨਾ ਕਰੀਏ, ਆਪਣੇ ਵਿਚਾਰ ਆਪਾਂ ਸਾਂਝੇ ਕਰੀਏ ਕਿ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ ਹੁਣ ਇੰਟਰਨੈਸ਼ਨਲ ਡੋਮੇਨ ਤੇ ਉੱਤੇ ਇਹ ਗੱਲ ਆ ਚੁੱਕੀ ਹੈ, ਔਰ ਇਸ ਮੁਤਲਕ ਤੁਹਾਨੂੰ ਕੀ ਲੱਗਦਾ? ਜਾਣਨ ਦੀ ਕੋਸ਼ਿਸ਼ ਕਰਾਂਗੇ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਹੇਠ ਲਿਖੇ ਨੰਬਰ ਦੇ ਉੱਤੇ। ਇਸ ਵਕਫੇ ਤੋਂ ਬਾਅਦ ਲਵਾਂਗਾ ਤੁਹਾਡੀ ਕਾਲਸ।